ਕੈਨੇਡਾ ਕੋਲ ਗਲੋਬਲ ਪ੍ਰਤਿਭਾ ਅਤੇ ਰੋਜ਼ਗਾਰਦਾਤਾਵਾਂ ਲਈ 100 ਤੋਂ ਵੱਧ ਵੱਖ-ਵੱਖ ਵਰਕ ਪਰਮਿਟ ਵਿਕਲਪ ਨੇ ਜਿਵੇਂ ਕਿ ਹਰ ਸਾਲ ਕੈਨੇਡਾ ਵਿੱਚ ਆਵਾਸ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਇੱਕ ਪ੍ਰਗਤੀਸ਼ੀਲ ਵਾਧਾ ਹੁੰਦਾ ਹੈ ਇੱਕ ਸਵਾਲ ਜੋ ਸਾਨੂੰ ਅਕਸਰ ਪੁੱਛਿਆ ਜਾਂਦਾ ਹੈ ਕੈਨੇਡਾ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਕੀ ਹਨ ਕੁਝ ਨੌਕਰੀਆਂ ਦੇ ਅਹੁਦਿਆਂ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਵਿੱਚ ਲਗਾਤਾਰ ਸੂਚੀਬੱਧ ਕੀਤਾ ਜਾਂਦਾ ਹੈ ਇਸ ਤਰ੍ਹਾਂ ਉਹਨਾਂ পেশਿਆਂ ਵਿੱਚ ਕੈਰੀਅਰ ਦਾ ਮਾਰਗ ਬਣਾਉਣਾ ਆਮ ਤੌਰ ਤੇ ਵਿਅਕਤੀਆਂ ਲਈ ਕਾਟ ਮੁਸ਼ਕਲ ਹੁੰਦਾ ਹੈ ਖਾਸ ਕਰਕੇ ਸਟਾਫਿੰਗ ਏਜੰਸੀਆਂ ਦੀ ਮਦਦ ਨਾਲ ਇਸ ਸਾਲ ਜ਼ਿਆਦਾਤਰ ਭੂਮਿਕਾਵਾਂ ਦੀ ਮੰਗ ਵਿੱਚ ਵਾਧਾ ਹੋਇਆ ਹੁਨਰਮੰਦ ਮਜ਼ਦੂਰਾਂ ਲਈ ਭੂਮਿਕਾਵਾਂ ਜਿਵੇਂ ਕਿ ਇੱਕ ਆਮ ਮਜ਼ਦੂਰ, ਟਰੱਕ ਡਰਾਈਵਰ ਅਤੇ ਵੈਲਡਰ, ਪਲੰਬਰ, ਇਲੈਕਟ੍ਰੀਸ਼ੀਅਨ, ਕਾਰਪੇਂਟਰ, ਫੂਡ ਪੈਕਰ ਵਗੈਰਾ। ਇਸੇ ਤਰ੍ਹਾਂ ਪ੍ਰਬੰਧਕੀ ਅਤੇ ਪੇਸ਼ੇਵਰ ਖੇਤਰ ਵਿੱਚ ਲੋਕਾਂ ਲਈ ਭੂਮਿਕਾਵਾਂ ਨੇ ਜਿਵੇਂ ਕਿ ਕੇਅਰ ਗੀਵਰ, ਨਰਸ, ਮਨੁੱਖੀ ਸਰੋਤ ਪ੍ਰਬੰਧਕ, ਪ੍ਰੋਜੈਕਟ ਮੈਨੇਜਰ, ਖਾਤਾ ਪ੍ਰਬੰਧਕ ਪ੍ਰਬੰਧਕੀ ਸਹਾਇਕ ਅਤੇ ਰਿਸੈਪਸ਼ਨਿਸਟ ਕੈਨੇਡਾ ਵਿੱਚ ਵੱਖ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਨੌਕਰੀਆਂ ਦੇ ਮੌਕੇ ਨੇ ਅਤੇ ਬਲੂ ਕਾਲਰ ਤੋਂ ਲੈ ਕੇ ਵਾਈਟ ਕਾਲਰ ਰੋਲ ਤੱਕ ਵੱਖ-ਵੱਖ ਕੈਰੀਅਰ ਮਾਰਗਾਂ ਹੁਨਰ ਸ਼ਕਤੀਆਂ ਵਾਲੇ ਹਰੇਕ ਲਈ ਇੱਕ ਸਥਾਨ ਹੈ ਕੈਨੇਡਾ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ TFWP ਅਤੇ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ IMP ਦਾ ਸੰਚਾਲਨ ਕਰਦਾ ਹੈ ਦੋ ਪ੍ਰੋਗਰਾਮਾਂ ਵਿੱਚ ਅੰਤਰ ਇਹ ਹੈ ਕਿ TFWP ਨੂੰ ਲੇਬਰ ਮਾਰਕੀਟ ਟੈਸਟ ਦੀ ਲੋੜ ਹੁੰਦੀ ਹੈ ਜਿਸ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ LMIA ਕਿਹਾ ਜਾਂਦਾ ਹੈ ਕੈਨੇਡਾ ਦੇ ਵਰਕ ਪਰਮਿਟ ਵਿਕਲਪਾਂ ਨੂੰ ਚੁਣਨਾ ਮੁਸ਼ਕਲ ਹੋ ਸਕਦਾ ਹੈ ਪਰ ਅਸੀਂ ਇਸ ਨੂੰ ਤੁਹਾਡੇ ਲਈ ਜਿੰਨਾ ਸੰਭਵ ਹੋ ਸਕੇ ਆਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ